2020 ਨੂੰ ਜਿਹੜਾ ਇੱਕਦਮ ਭਾਰਤ ਦੇ ਪ੍ਰਧਾਨ ਮੰਤਰੀ ਤੋਂ ਲੋਕਡਾਊਨ ਕਰ ਦਿੱਤਾ ਗਿਆ ਜਿਹਦੇ ਵਿੱਚ ਪੰਜਾਬ ਪੁਲਿਸ ਨੇ ਖਾਸ ਕਰਕੇ ਫਰੰਟ ਲਾਈਨ ਤੇ ਨੰਗੇ ਧੜ ਕਰੋਨਾ ਵਿਰੁੱਧ ਲੜਾਈ ਲੜੀ ਆ ਜਦੋਂ ਕਿ ਸਾਰੇ ਲੋਕ ਘਰਾਂ 'ਚ ਵੜ ਗਏ ਸੀ ਲੋਕਾਂ ਨੂੰ ਰਾਸ਼ਨ ਵੀ ਦਿੱਤਾ ਮੰਡੀਆਂ ਮਾਸਕ ਵੀ ਵੰਡੇ ਤੇ ਜੇ ਉਹਨਾਂ ਨੂੰ ਸਮਝਾਉਣ ਦੀ ਵੀ ਕੋਸ਼ਿਸ਼ ਕੀਤੀ ਜਿਹੜੇ SSP ਸਰ ਮਨਦੀਪ ਸਿੰਘ ਸਿੱਧੂ ਨੇ ਪਟਿਆਲਾ ਦੇ ਇਹਨਾਂ ਨੇ ਸਪੈਸ਼ਲੀ ਬਹੁਤ ਜੰਗੀ ਪੱਧਰ ਤੇ ਕੰਮ ਕੀਤਾ ਪਟਿਆਲਾ ਪੁਲਿਸ ਨੂੰ ਉਹਨਾਂ ਨੇ ਇੰਨਾ ਮੋਟੀਵੇਟ ਕੀਤਾ ਕਿ ਸਾਰੇ SHO ਸਾਰੇ ਉਹਨਾਂ ਦੇ GO ਸਿਪਾਹੀ ਤੱਕ ਵੀ ਜਿਹੜੇ ਨੇ ਲੋਕਾਂ ਦੇ ਘਰਾਂ 'ਚ ਰਾਸ਼ਨ ਵੀ ਵੰਡਦੇ ਰਹੇ ਲੋਕਾਂ ਨੂੰ ਸਮਝਾਉਂਦੇ ਵੀ ਰਹੇ ਰੋਕ ਰੋਕ ਕੇ ਪਿਆਰ ਨਾਲ ਸਮਝਾਇਆ ਸੈਨੇਟਾਈਜ਼ਰ ਵੀ ਦਿੱਤੇ ਇੱਥੋਂ ਤੱਕ ਕਿ ਸਰਮਦੀਪ ਸਿੰਘ ਸਿੱਧੂ ਨੇ ਆਪਣੇ ਨਿੱਜੀ ਜਿਹੜਾ ਟਰੱਸਟ ਆ ਉਹਨਾਂ ਦਾ ਬਣਾਇਆ ਹੋਇਆ ਉਹਦੇ 'ਚੋਂ 20 ਲੱਖ ਰੁਪਏ ਕੋਰੋਨਾ ਵਾਇਰਸ ਦੀ ਮਹਾਂਮਾਰੀ ਨੂੰ ਰੋਕਣ ਵਾਸਤੇ ਲੋਕਾਂ ਨੂੰ ਰਾਸ਼ਨ ਅਤੇ PPE ਕਿੱਟਾਂ ਅਤੇ ਸੈਨੇਟਾਈਜ਼ਰ ਵਗੈਰਾ ਵੰਡਣ ਵਿੱਚ ਲਾਏ ਅਤੇ ਜਿਹੜੀਆਂ ਕੋਰੋਨਾ ਵਾਇਰਸ ਕਾਰਨ ਲੋਕ ਘਰਾਂ 'ਚ ਲੋਕਡਾਊਨ ਹੋ ਗਏ ਸੀ ਘਰਾਂ 'ਚ ਘਰੇਲੂ ਹਿੰਸਾ ਵੱਧ ਗਈ ਸੀ ਘਰੇਲੂ ਕਲੇਸ਼ ਵੱਧ ਗਏ ਸੀ ਉਹ ਵੀ ਪਟਿਆਲਾ ਪੁਲਿਸ ਨੇ ਲੇਡੀ ਪੁਲਿਸ ਰਾਹੀਂ ਗੁਰਦੁਆਰਿਆਂ 'ਚ ਜਾ ਕੇ ਅਨਾਊਂਸਮੈਂਟ ਕਰਵਾ ਕਰਾ ਕੇ ਲੋਕਾਂ ਦੇ ਮਸਲੇ ਹੱਲ ਕੀਤੇ ਜਿੱਥੇ ਉਹਨਾਂ ਨੂੰ ਸਮਝਾਉਣ ਦੀ ਲੋੜ ਪਈ ਸਮਝਾਇਆ ਜਿੱਥੇ ਕਾਨੂੰਨੀ ਕਾਰਵਾਈ ਕਰਨ ਦੀ ਲੋੜ ਪਈ ਉੱਥੇ ਕਾਨੂੰਨੀ ਕਾਰਵਾਈ ਕੀਤੀ ਇਸ ਤੋਂ ਇਲਾਵਾ ਇਸ ਮਹਾਮਾਰੀ ਦੇ ਦੌਰਾਨ ਜੋ ਕ੍ਰਾਈਮ ਹੈ ਉਹ ਵੀ ਰੁਕਿਆ ਨਹੀਂ ਕ੍ਰਾਈਮ ਵੀ ਕੰਟੀਨਿਊ ਹੁੰਦਾ ਰਿਹਾ ਅਤੇ ਪਟਿਆਲਾ ਪੁਲਿਸ ਨੇ ਮੇਰਾ ਖਿਆਲ ਪਿਛਲੇ 2-3 ਸਾਲਾਂ 'ਚ ਜਿੰਨਾ ਕ੍ਰਾਈਮ ਹੋਇਆ ਬਲਾਈਂਡ ਮਰਡਰ ਵੀ ਰਹੇ ਨੇ ਪਿਛਲੇ ਵੀ ਟਰੇਸ ਕੀਤੇ ਅਤੇ ਜਿਹੜਾ ਹੁਣ ਕ੍ਰਾਈਮ ਹੋਇਆ ਉਹਨੂੰ ਵੀ ਜੰਗੀ ਪੱਧਰ 'ਤੇ ਨਾਲੋ ਨਾਲ ਹੀ ਜਿਹੜਾ ਹੈ ਡਿਟੈਕਟ ਕਰਕੇ ਅਤੇ ਮੁਲਜ਼ਮ ਫੜ ਕੇ ਜੇਲ੍ਹਾਂ 'ਚ ਡੱਕੇ ਹੈ ਤਾਂ ਕਿ ਸਾਨੂੰ ਬਹੁਤ ਮਾਣ ਹੈ ਮੈਂ ਵੀ ਪਟਿਆਲਾ ਪੁਲਿਸ 'ਚ ਇੰਸਪੈਕਟਰ CIA ਰਿਹਾ ਮੈਨੂੰ ਵੀ ਮੈਂ ਵੀ ਪੰਜਾਬ ਪੁਲਿਸ ਦਾ ਹਿੱਸਾ ਮੈਨੂੰ ਬੜਾ ਮਾਣ ਮਹਿਸੂਸ ਹੁੰਦਾ ਜਦੋਂ ਪੰਜਾਬ ਪੁਲਿਸ ਲੋਕਾਂ ਦੀ ਭਲਾਈ ਵਾਸਤੇ ਅਤੇ ਆਪਣੀ 24 ਘੰਟੇ ਡਿਊਟੀ ਕਰਕੇ ਤਨੋ ਮਨੋ ਜਿਹੜੀ ਸੇਵਾ ਕਰਦੀ ਹੈ।